ਹਾਦਸੇ ਦੀਆਂ ਇਹ ਤਸਵੀਰਾਂ ਪਠਾਨਕੋਟ ਦੀਆਂ ਨੇ ਜਿੱਥੇ ਪਿੰਡ ਛੱਤਵਾਲ ਕੋਲ ਇੱਕ ਬੱਸ ਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਹਾਦਸੇ ਵਿੱਚ ਦੋ ਕਾਰ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਰਾਤ ਉਸ ਵੇਲੇ ਵਾਪਰਿਆ ਜਦੋਂ ਪਠਾਨਕੋਟ ਤੋਂ ਚੰਬਾ ਜਾ ਰਹੀ ਤੇਜ਼ ਰਫ਼ਤਾਰ ਹਿਮਾਚਲ ਰੋਡਵੇਜ਼ ਦੀ ਬੱਸ ਸਾਹਮਣੇ ਤੋਂ ਆ ਰਹੀ ਕਾਰ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ 'ਚ ਸਵਾਰ ਤਿੰਨ ਲੜਕੀਆਂ 'ਚੋਂ ਦੋ ਦੀ ਮੌਤ ਹੋ ਗਈ, ਜਦਕਿ ਇੱਕ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਦੀ ਖ਼ਬਰ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ, ਹਾਦਸਾ ਗ੍ਰਸਤ ਵਾਹਨਾਂ ਨੂੰ ਰਸਤੇ 'ਚੋਂ ਹਟਾਉਂਦੇ ਹੋਏ ਕਾਰਵਾਈ ਸ਼ੁਰੂ ਕੀਤੀ। ਸਲਾਹ ਮਿਲੀ ਹੈ ਕਿ ਸਤਵਾਲ ਜਿਹੜੀ ਨਵੀਂ ਬਸਤੀ ਹੈ ਉੱਥੇ ਐਕਸੀਡੈਂਟ ਹੋਇਆ ਹੈ ਕਾਰ ਦਾ ਅਤੇ ਬੱਸ ਦਾ, ਅਤੇ ਮੌਕੇ 'ਤੇ ਪਹੁੰਚਿਆ ਇੱਥੇ ਆ ਕੇ ਜਿੱਥੇ ਤਿੰਨੇ ਜ਼ਖਮੀ ਜਿਹੜੇ ਨੂੰ ਆਪਾਂ ਉੱਥੇ ਪਜਾਇਆ, ਜਿਹਨਾਂ ਵਿੱਚੋਂ ਦੋਵਾਂ ਦੀ ਡੈਥ ਹੋ ਗਈ ਹੈ, ਇੱਕ ਜ਼ਖਮੀ ਹੈ, ਅਤੇ ਕਾਰ ਜਿਹੜੀ ਹੈ ਉਹ ਇੱਧਰੋਂ ਜਸੂਰ ਸਾਹਿਬ ਤੋਂ ਆ ਗਈ ਅਤੇ ਬੱਸ ਜਿਹੜੀ ਉਹ ਪਠਾਨਕੋਟ ਤੋਂ ਆ ਗਈ ਚੰਬੇ। ਬਸ ਇੰਨੇ ਜਿਹੜੇ ਜ਼ਖਮੀ ਨੂੰ ਜਿਹੜਾ ਆ ਉਹ ਹਸਪਤਾਲ ਪਹੁੰਚਾਇਆ ਹੈ ਅਤੇ ਅੱਗੇ ਕਾਰਵਾਈ ਜਿਹੜੀ ਹੈ। ਮ੍ਰਿਤਕ ਕੌਣ ਸਨ ਤੇ ਕਿੱਥੋਂ ਦੇ ਰਹਿਣ ਵਾਲੇ ਸਨ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਠਾਨਕੋਟ ਤੋਂ ਧਰਮਿੰਦਰ ਠਾਕੁਰ, ਜਗਬਾਣੀ ਟੀਵੀ।